ਆਇਆ ਮੈਨੂੰ ਮਰਵਾ ਦਿੰਦਾ ਇੱਥੇ ਦੇਖ ਲੈ ਇੱਥੇ ਬੜਾ ਜਿਹਾ ਲੋਕ ਠੀਕ ਜਿਹੇ ਲੱਗਦੇ ਨੇ ਲੋਕ ਅਨਪੜ੍ਹ ਜਿਹੇ ਲੱਗਦੇ ਨੇ ਲੋਕਾਂ ਬਹੁਤ ਪੜ੍ਹੇ ਕਰਦੇ ਨੌਕਰੀ ਨੌਕਰੀ ਮਿਲਦੀ ਨੌਕਰੀ ਮਿਲ ਜੂਗੀ ਬੱਚਾ ਮਿਲ ਜੂਗੀ ਕੋਈ ਨਾ ਕਰਮਾਂ ਨਾਲ ਮਿਲ ਗਏ ਨੌਕਰੀਆਂ ਮਿਲ ਜੂਗੀ ਕੋਈ ਨਾ ਨੌਕਰੀ ਕਦੋਂ ਮਿਲੂਗੀ ਕੋਈ ਨਾ ਮਿਲ ਜੂਗੀ ਥੋੜ੍ਹਾ ਮਿਹਨਤ ਰੱਖ ਰੱਬ ਦੇ ਭਰੋਸਾ ਰੱਖ ਮਿਲ ਜੂਗੀ ਨੌਕਰੀ ਠੀਕ ਹੈ ਇਹਨੂੰ ਪੱਟਦੇ ਹੀ ਚਲਾਊਗਾ ਮੇਰਾ ਕੰਮ ਹਾਂ ਬੱਚਾ ਚੇਲਾ ਬਣ ਜਾਏਗਾ ਮੇਰਾ ਬਣ ਜਾਏਗੀ ਜੀ ਬਣ ਜਾਏਗੀ ਵਿਹਲੀ ਆ ਹੁਣ ਬਣ ਜਾਏਗਾ ਫਿਰ ਹੋਰ ਨੌਕਰੀ ਤਾਂ ਮਿਲਦੀ ਨੀ ਕੋਈ ਫੋਨ ਲੱਗੀ ਫਿਰ ਤੈਨੂੰ ਚੱਲੇਗਾ ਮੇਰੇ ਨਾਲ ਅੱਜ ਤੋਂ ਤਾਂ ਮੇਰੇ ਨਾਲ ਹੀ ਰਹਿਣਾ ਠੀਕ ਹੈ ਠੀਕ ਹੈ ਜੀ ਹਾਂ ਜੇ ਕੋਈ ਦੁੱਖ ਤਕਲੀਫ ਹੋਈ ਮੈਨੂੰ ਦੱਸੀ ਓਕੇ ਬਾਬਾ ਜੀ ਚੱਲ ਚੱਲ ਦੇਖਦੇ ਰਹੇ ਹੈਗਾ ਕੋਈ ਜਗ੍ਹਾ ਅੱਜ ਬੈਠਣ ਨੂੰ ਬੱਚਾ ਹਾਂ ਬੱਚਾ ਹੁਣ ਦੱਸ ਤੈਨੂੰ ਕੀ ਦੁੱਖ ਤਕਲੀਫ ਹੈ ਬਾਬਾ ਜੀ ਮੈਂ ਘਰੋਂ ਬਾਲਾ ਦੁਖੀ ਆ ਅੱਛਾ ਬੱਚਾ ਨਾ ਤਾਂ ਕੋਈ ਨੌਕਰੀ ਦੇ ਚੰਮਣਾ ਜੀ ਅੱਛਾ ਜੀ ਘਰਾਂ ਗਾਲਾਂ ਪੈਂਦੀਆਂ ਨੇ ਜੀ ਕੰਮ ਨੀ ਕਰ ਦਿੰਦੇ ਹੁਣ ਤੁਹਾਡੇ ਨਾਲ ਰਲ ਕੇ ਚੱਲ ਤੁਸੀਂ ਸੇਵਾ ਕਰਨਾ ਕੋਈ ਨਾ ਬੱਚਾ ਕੋਈ ਨਾ ਕਰਦਾਂਗੇ ਤੇਰਾ ਜੀ ਲੈ ਉੱਤੇ ਬੈਠ ਬੱਚੇ ਸਮਾਰ ਕੇ ਬੈਠ ਪਹਿਲਾਂ ਮਾਰ ਕੇ ਬਾਬਾ ਜੀ ਕਿਵੇਂ ਹੁੰਦੇ ਪਲਾਥੀ ਮਾਰ ਲੈ ਬੱਚਾ ਪਲਾਥੀ ਬੱਚਾ ਟੈਲੀ ਕਰ ਲਿਆ ਕਰੇਗਾ ਕਰ ਲਿਆ ਕਰਾਂਗੇ ਹੈਂ ਕਰਾਂਗੇ ਫਿਰ ਸਵੇਰੇ ਤੈ ਲੈਣੀ ਟੈਲੀ ਕਰਕੇ ਲਿਆ ਕਰਾਂਗੇ ਜੀ ਹਾਂ ਰੋਟੀ ਰੋਟੀ ਖਾਇਆ ਕਰਾਂਗੇ ਮੈਂ ਤਾਂ ਪਹਿਲੇ ਇੱਕ ਦਿਨ ਹੋਗਾ ਰੋਟੀ ਨਹੀਂ ਖਾਈ ਹੈਗੀ ਕੋਈ ਗੱਲ ਨਹੀਂ ਬਾਬਾ ਜੀ ਹਾਂ ਸਵੇਰੇ ਟੈਲੀ ਕਰ ਲਈ ਠੀਕ ਹੈ ਫਿਰ ਜਾ ਕੇ ਤਾਂ ਜਾਣਗੇ ਉਰੇ ਸੰਦ ਤਾਂ ਬਾਦੂ ਬਾਬਾ ਲੋਕ ਤਾਂ ਕੁੱਕੀਆਂ ਵਰਗੇ ਨੇ ਹਾਂ ਬਸ ਆਪਾਂ ਨੂੰ ਐਵੇਂ ਦੇ ਲੋਕ ਚਾਹੀਦੇ ਨੇ ਆਪਾਂ ਹੁਣ ਕਰ ਲਾਂਗੇ ਸਭ ਦਾ ਟੈਨਸ਼ਨ ਨਾ ਤੂੰ ਲਈ ਠੀਕ ਹੈ ਨਹੀਂ ਬਾਬਾ ਲੋਕ ਤਾਂ ਉਰੇ ਹਾਂ ਬਸ ਮੇਰੇ ਨਾਲ ਹੀ ਰਹੀ ਠੀਕ ਹੈ ਤੂੰ ਬਸ ਮੇਰਾ ਸਾਥ ਦੇ ਆਪਾਂ ਹੁਣ ਕਰ ਲਾਂਗੇ ਦੁਨੀਆ ਨੂੰ ਠੀਕ ਆ ਟੈਨਸ਼ਨ ਨਾ ਦਿੰਦੇ ਕਦੋਂ ਕਾ ਪਟ ਲਈ ਯਾਰ ਰੌਣੀ ਨੂੰ ਨਹੀਂ ਕਰਾਣੀ ਉਹਨੂੰ ਤਾਂ ਦੇਖ ਦਿੰਦੇ ਚੱਲ ਮੇਰੇ ਨਮਾਏ ਬਾਬਾ ਆਇਆ ਲੱਗਦਾ ਹਾਂ ਯਾਰ ਚੱਲ ਤੂੰ ਨਾ ਆਇਆ ਆਪਾਂ ਵੀ ਡੰਗਾ ਵਾਲੇ ਮੱਝ ਦੀ ਦੁੱਧ ਦੇਣ ਵਾਲੀ ਯਾਰ ਹੱਟ ਤਾਂ ਗਈ ਆ ਕਈ ਮਤਲਬ ਟਿਕਟ ਕੇ ਕਾਫੀ ਲਗਾ ਦਿੱਤੀ ਚੱਲ ਦੇਖਦੇ ਆ ਤੇ ਵੀ ਰਾਮ ਵੀ ਆ ਡਾਕਟਰ ਬਹੁਤ ਮਦਦ ਕਰਦਾ ਮੈਨੂੰ ਹਾਂ ਬੱਚਾ ਇਹ ਆਪਣਾ ਨਵਾਂ ਚੀਜ਼ਾਂ ਰੱਖਿਆ ਪਟਾਲ ਤੂੰ ਜਾਏ ਦੂਜਾ ਪਿੰਡ ਤੋਂ ਬੈਠੋ ਬੱਚਾ ਬੈਠੋ ਚਲੋ ਬਾਬੇ ਕੰਮ ਦੀ ਬਾਬਾ ਪੁੱਛਣਾ ਸੀ ਉਸ ਦਿਨ ਪਹਿਲਾਂ ਬੈਠੋ ਬੱਚਾ ਬੈਠੋ ਬੈਠੋ ਜਾਣੇ ਬਾਬੇ ਬਾਬਾ ਉਹ ਪੁੱਛਣਾ ਸੀ ਨਾ ਸਾਡੀ ਨਾ ਦੋ ਮੱਝਾਂ ਨੇ ਮਿਲਦੀਆਂ ਨੇ ਦੁੱਧ ਨੀ ਦਿੰਦੀਆਂ ਜੱਤ ਮਾਰਦੀਆਂ ਨੇ ਮਿਲਦੀਆਂ ਨੇ ਹੈਗੇ ਬੱਚਾ ਨਾ ਜੀ ਮਿਲਦੀਆਂ ਨੇ ਹੈਗੀਆਂ ਜੀ ਕਿੱਥੋਂ ਬੱਚਾ ਤੁਸੀਂ ਆਹ ਇਹੀ ਪਿੰਡ ਹੈ ਸਾਡਾ ਲਾਗੇ ਪਿੰਡ ਤੋਂ ਆਏ ਬਾਬਾ ਦਾ ਜਲੇਬੀ ਬਾਈ ਨੂੰ ਕਰ ਦੇਣਾ
ਬਾਬਾ ਜਿਹੜੇ ਸਾਹਿਬ ਨਾਲ ਤੂੰ ਚੱਲਦਾ ਉਸ ਸਾਹਿਬ ਨਾਲ ਕਿਲੇ ਪੜ ਜਾਣਗੇ ਇਹਨਾਂ ਦੇ ਸਾਰਾ ਕੁਝ ਹੀ ਬਤਾ ਦੇਗੇ ਇਹਨਾਂ ਦਾ ਪੈਰ ਦੀ ਖੱਖੜੀ ਮਰਾਵੇ ਦੇ ਇੱਕ ਮੈਥੋਂ ਐਵੇਂ ਕੁੱਟੇ ਦੀ ਪਹਿਲਾਂ ਤੂੰ ਹੀ ਬੋਲੀ ਜਾਂਦੇ ਕਿੱਥੋਂ ਬੈਠਣ ਜਾਂਦਾ ਹੈਗਾ ਗਲਤੀ ਹੋ ਗਈ ਬਾਬਾ ਜੇ ਤੈਨੂੰ ਨਜ਼ਾਰੇ ਲੈਣੇ ਤੇ ਪੱਤਿਆਂ ਵਾਂਗੂ ਪੈ ਜਾ ਠੀਕ ਹੈ ਬਹੁਤਾ ਨੀ ਬੋਲਿਆ ਕਰਦੇ ਨਿਯਮ ਤਾਂ ਇੱਥੋਂ ਲਾ ਪੈ ਜਾ ਓਏ ਤੈਨੂੰ ਦੁਨੀਆਦਾਰੀ ਬਾਰੇ ਕੁਛ ਨੀ ਪਤਾ ਠੀਕ ਹੈ ਬੰਦਾ ਬਣ ਕੇ ਚੁੱਪ ਕਰਕੇ ਬੈਠਾ ਰਹੇਗਾ ਠੀਕ ਹੈ ਮੈਂ ਤਾਂ ਚੁੱਪੇ ਬੈਠਿਆ ਬਾਬਾ ਮੈਂ ਬਸ ਚੁੱਪ ਕਰਕੇ ਬੈਠਾ ਕਰ ਬੱਚਾ ਤੈਨੂੰ ਹਲੇ ਪਤਾ ਨੀ ਅੱਗੇ ਅੱਗੇ ਦੇਖ ਬਾਬਾ ਜੀ ਥੋੜੀ ਰਾਮ ਕਥਾ ਮੁੱਕ ਗਈ ਵੇ ਸਾਨੂੰ ਵੀ ਤੋੜ ਦੋ ਹੁਣ ਅੱਧਾ ਘੰਟਾ ਹੋ ਗਿਆ ਤੈਨੂੰ ਬੈਠੇ ਨੂੰ ਕੋਈ ਨਾ ਬੱਚਾ ਹੋ ਗਿਆ ਤੁਹਾਡਾ ਹੀਲਾ ਹੋ ਗਿਆ ਦੱਸੋ ਜੀ ਫਿਰ ਬੱਚਾ ਬੱਚਾ ਹਾਂਜੀ ਪਹਿਲਾਂ ਤੁਹਾਡੇ ਇੱਕ ਪਾਣੀ ਮਰੇ ਹੋਏ ਨਾ ਹਾਂਜੀ ਮਰ ਗਏ ਤਾਂ ਬਹੁਤ ਸਾਲ ਪਹਿਲਾਂ ਮਰ ਗਏ ਸੀ ਮਰੇ ਹੋਏ ਨਾ ਜੀ ਮਰ ਗਏ ਬਸ ਫਿਰ ਉਹੀ ਕਰਦਾ ਤੁਹਾਡਾ ਇਹ ਕੰਮ ਬਾਬਾ ਉਹਨੂੰ ਕੀ ਲੋੜ ਪੈ ਗਈ ਕਿਵੇਂ ਕਰਦਾ ਹੈ ਉਹ ਥੋਟੀਆਂ ਮੈਂ ਸਮੂਰੇ ਜਦੋਂ ਤੁਸੀਂ ਤਾਰਾ ਕੱਢਦੇ ਹੋ ਨਾ ਤਾਰਾ ਉਹ ਥੋਟੀਆਂ ਮੈਂ ਸਮੂਰੇ ਕਰਦਾ ਆ ਕੇ ਐਵੇਂ ਕਰਦਾ ਹੈਗਾ ਉਹ ਥੋਡੀ ਖੁੱਲੀ ਤੇ ਚੜ ਕੇ ਨਾ ਮੈਂ ਸਮੂਰੇ ਕਰਦੇ ਨੇ ਅੱਖਾਂ ਚੁਗਲਾ ਮਾਰਦੇ ਉਹਨਾਂ ਦੇ ਅੱਖਾਂ ਚ ਮੈਨੂੰ ਜਿਹੇ ਬਾਬੇ ਦੇ ਅੱਛੇ ਲੱਗ ਰਹੇ ਇਹ ਭਗਾਊਗਾ ਮੈਂ ਸਮੂਰੇ ਅੱਖਾਂ ਚ ਉਂਗਲਾ ਮਾਰਦਾ ਬੱਚਾ ਅੱਖਾਂ ਚ ਅਥੜੇ ਜਾ ਕੇ ਮੈਂ ਇਸ ਨੂੰ ਤੱਤੇ ਪਾਣੀ ਨਾਲ ਦੇ ਦੀ ਸੈੱਟ ਹੋ ਜੂਗੀ ਠੀਕ ਹੈ ਬਾਬਾ ਜੀ ਬੱਚਾ 2000 ਰੁਪਿਆ ਦੇ ਜੋ ਪੈਸੇ ਤਾਂ ਨਹੀਂ ਗਈ ਗੂਗਲ ਪੇ ਚਲਾ ਲੈਣਾ ਗੂਗਲ ਪੇ ਹਾਂਜੀ ਬਾਬਾ ਮੈਂ ਲੈ ਗਈ ਹਾਂ ਹੈਗਾ ਬੱਚਾ ਆ ਦੇਗਾ ਆਪਾਂ ਟੱਚ ਰੱਖਦੇ ਟੱਚ ਕੋਈ ਨਾ ਕਰ ਦਿੰਦੇ ਜੀ 2000 ਗੂਗਲ ਪੇ ਕਰ ਦਿੰਦੇ 2000 ਕਰ ਦਾਂਗੇ 2000 ਰੁਪਏ ਕਰ ਦਿਓ ਬੱਚੇ ਠੀਕ ਹੈ ਠੀਕ ਹੈ ਜੀ ਤੁਹਾਡੇ ਬੇੜੇ ਪਾਰ ਨੇ ਓਕੇ ਰਾਮ ਰਾਮ ਬਾਬਾ ਜੀ ਬਾਬਾ ਜੀ ਉਹ ਆਪਣਾ ਨੰਬਰ ਨੰਬਰ ਤਾਂ ਲੈ ਗਏ ਨੀ ਗਏ ਪੈਸੇ ਕਿਵੇਂ ਪਾਉਣ ਗਏ ਉਹ ਆਪਣਾ ਨੰਬਰ ਤਰੀ ਦਾ ਬਾਬੇ ਨੂੰ ਕਹਿਤਾ ਕਹਿੰਦਾ ਕਿਲੇ ਬੋਲੀ ਜਾ ਪੱਜ ਕੇ ਜਾ ਬੁਲਾ ਕੇ ਲੈ ਹੁਣ ਪੱਜ ਕੇ ਜਾ ਜੇ ਲੱਗ ਆ ਕੇ ਫਿਰ ਮੈਥੋਂ ਕੁੱਟੇਗਾ ਤੂੰ ਪੱਜੇ ਜਾ ਜਾ ਬਾਈ ਨੰਬਰ ਨੰਬਰ ਦਾ ਦੇ ਕੇ ਜਾਓ ਪੈਸੇ ਬਾਬੇ ਦੇ ਕਿਵੇਂ ਆਣਗੇ ਇੱਧਰ ਉਹ ਅਸੀਂ ਵੀ ਭੁੱਲੇ ਭੁੱਲੇ ਯਾਰ ਚਲ ਚਲ ਉਹ ਬੁਲਾਉਂਦਾ ਚਲੋ ਇੱਧਰ ਆ ਮੇਰੇ ਵੀ ਕੁੱਟ ਪਵਾ ਦੇ ਇੱਧਰ ਹਾਂਜੀ ਬਾਬਾ ਜੀ ਬੱਚਾ ਮੇਰਾ ਨੰਬਰ ਲੈ ਗਈ ਨਾ ਕਿ ਤੁਸੀਂ ਐਵੇਂ ਕਿਵੇਂ ਕਰੋ ਬਾਬਾ ਜੀ ਗਲਤੀ ਹੋ ਗਈ ਨੰਬਰ ਦੱਸ ਦਿਓ ਜੀ ਕਿੰਨਾ ਤੁਹਾਡਾ ਲੇਖਾ ਦੱਸੋ ਜੀ 8000 ਆ ਹਾਂਜੀ 5533 ਮੇਰੀ ਗੱਲ ਸੁਣ ਲਿਆ ਜਦੋਂ ਮੈਂ ਸੰਗਤਾਂ ਨਾਲ ਬੋਲਦਾ ਨਾ ਵਿਚਰਾ ਬੋਲਾਂਗਾ ਠੀਕ ਹੈ ਤੈਨੂੰ ਪਤਾ ਨੀ ਸੱਤਾਂ ਨੀ ਉਈ ਬੋਲੀ ਜਾਂਦੇ ਵਿੱਚ ਬਾਬਾ ਤੈਨੂੰ ਕੀ ਪਤਾ ਸਾਡੇ ਪਿੰਡ ਦੇ ਬੰਦੇ ਨੇ ਉਹ ਪਿੰਡ ਦੇ ਤਾਂ ਬੰਦੇ ਨੇ ਐਵੇਂ ਨਾ ਬੋਲਿਆ ਕਰਨਾ ਠੀਕ ਹੈ ਵਿੱਚ ਤੈਨੂੰ ਕਿੰਨੇ ਵਾਰੀ ਕਿਹਾ ਮੈਂ ਉਈ ਬੋਲੀ ਜਾਊ ਵਿੱਚ ਪਤਾ ਨੀ ਸੱਤਾਂ ਨੀ ਕਿਸੇ ਦਾ ਦੋ ਜਣੇ ਹੋਰ ਆ ਗਏ ਹੁਣ ਨਾ ਨਾਲੇ ਤੂੰ ਬੋਲੀ ਠੀਕ ਹੈ ਵਿੱਚ ਨਾ ਹੁਣ ਨੀ ਬੋਲਦੇ ਬਾਬਾ ਜੀ ਰਾਮ ਰਾਮ ਦਾਦਾ ਜੀ ਰਾਮ ਰਾਮ ਬੱਚਾ ਰਾਮ ਰਾਮ ਬਾਬਾ ਰਾਮ ਰਾਮ ਬੈਠੋ ਬੱਚੋ ਬੈਠੋ ਹਾਂ ਬੱਚਾ ਕਿਵੇਂ ਆਣੇ ਹੋਏ ਬਸ ਬਾਬਾ ਸਾਦੀ ਨੀ ਹੁੰਦੀ ਵਿਆਹ ਵੀ ਨੀ ਹੁੰਦਾ ਕੀ ਕਰੀਏ ਅੱਛਾ ਵਿਆਹ ਨੀ ਹੁੰਦਾ ਬਾਬੇ ਕੋਈ ਜ਼ਮੀਨ ਦਾ ਘਾਟਾ ਨੀ ਬਾਬੇ ਕਾਸੇ ਦਾ ਘਾਟਾ ਨੀ ਸਭ ਕੁਛ ਹੈ ਕਰੇ ਫਿਰ ਵੀ ਰਿਸ਼ਤਾ ਨੀ ਹੁੰਦਾ ਹੈ ਯਾਰ ਅੱਛਾ ਰਿਸ਼ਤਾ ਨੀ ਹੁੰਦਾ ਹੈ ਹਾਂ ਨਾ ਬੱਚਾ ਬੱਚਾ ਬਾਬੇ ਤਾਂ ਤੁਸੀਂ ਕਿਹੜਾ ਮਕਲਾਵਾ ਭਾਲਦੇ ਹੋ ਬਾਬੇ ਤੇ ਤਾਂ ਆਪ ਹੀ ਨੀ ਵਿਆਹ ਹੋਇਆ ਬਾਬਾ ਜੀ ਸਾਡਾ ਤਾਂ ਕਰ ਦੋ ਤੁਸੀਂ ਤਾਂ ਚਲੋ ਤੁਹਾਡਾ ਸਰ ਜਾਂਦਾ ਠੀਕ ਹੈ ਤੁਹਾਨੂੰ ਰੋਟੀ ਪਾਣੀ ਮਿਲ ਜਾਂਦਾ ਅਸੀਂ ਕੀ ਕਰੀਏ ਸਾਨੂੰ ਤਾਂ ਰੋਟੀ ਵੀ ਨੀ ਮਿਲਦੀ ਆਪ ਪਕਾਉਣੀ ਪੈਂਦੀ ਆ ਬੱਚਾ ਬਈਆ ਰਾਣੀ ਦਵਾ ਦੇ ਬਈਆ ਰਾਣੀ ਉਹ ਨਾ ਬਾਬਾ
ਕੋਈ ਵਧੀਆ ਖਾਨਦਾਨ ਦੀ ਕੁੜੀ ਚਾਹੀਦੀ ਆ ਬਈ ਯਾਰ ਆਣੇ ਆਪਾਂ ਕਿਉਂ ਲਈਏ ਹੋਰ ਬੱਚਾ ਤੈਨੂੰ ਕਟਰੀ ਨਾ ਕੈਬ ਕਿੱਥੋਂ ਦਵਾ ਦਈਏ ਕਰਦਿਆਂ ਬੱਚਾ ਕਰਦਿਆਂ ਇੱਕ ਦੇ ਘਰੇ ਕਰੀਨਾ ਚੋਪੜਾ ਤੇ ਇੱਕ ਦੇ ਘਰੇ ਪ੍ਰਿੰਕਾ ਬੱਚਾ ਥੋੜਾ ਸਾਡੇ ਨੇ ਪਿਆ ਸਮਝੋ ਠੀਕ ਹੈ ਠੀਕ ਹੈ ਬਾਬਾ ਜੀ ਹਾਂ ਬੱਚਾ ਇੱਕ ਹਫ਼ਤੇ ਦੇ ਵਿੱਚ ਤੁਹਾਡੇ ਘਰੇ ਆ ਕੇ ਬੈਠ ਜਾਣਗੇ ਫਿਰ ਤਾਂ ਮੰਨੋਗੇ ਬਾਬੇ ਨੂੰ ਮੰਨਾਂਗੇ ਬਾਬਾ ਜੀ ਲੱਡੂਆਂ ਦਾ ਡੱਬਾ ਚਾੜ ਕੇ ਜਾਵਾਂਗੇ ਠੀਕ ਹੈ ਬੱਚਾ ਠੀਕ ਹੈ ਹਾਂ ਠੀਕ ਹੈ ਬੱਚਾ ਹੁਣ ਤੁਸੀਂ ਜਾ ਸਕਦੇ ਹੋ ਬਾਬਾ ਜੀ ਹੁਣ ਸਾਡੀ ਸੇਵਾ ਦੱਸੋ ਜੀ ਅਸੀਂ ਕੀ ਸੇਵਾ ਕਰੀਏ ਤੁਹਾਡੀ ਬੱਚਾ 5000 ਰੁਪਏ ਦੇ ਦੋ 5000 आ देख हूं तू पूछ लेनी ना मिलके कहना 2500 रुपया मैं फेर लवांगे बाबा जी अब मैं जमी नहीं बोलदा जी हां बोलदा ना कर बच्चा हुन बहुत बढ़िया प्रेयर कराएंगे जी अपन हां बच्चा ठीक है इनू बच्चा अपने बैंक च रख दे बैंक तंत्र पापा से रख ले बाबा जी और भिज जानगे उरे प्रॉपर तन्नू केड़ा मी आ रे इथे उठ जानगे बच्चा उठ जानगे मन्ना कर देने बैंक च रख ले बाबा जी इथी रख ले पट पुट थले ओ ना बच्चा उठी रख दे के मेरा पद पुत्र नूरा पर उठ जंदे ने तू इधर रखे हुन बैंक च रखेगा बाबा हुन मैं किथे रखते हूं बाबा जी तू टुक के जाना पूगा आना जाना किन्ना मार ओ बच्चा मैं कह रहा पद पुत्र नूरा उठ जानगे किधरे मन्ने करदे ने उठ रख दे आपा फिर चक लेंगे ना हरियो हरियो ਸਾਰੀ ਮੈਂ ਸਬਕਾ ਤੀ ਉਹਨੇ ਸਾਡੀ ਵੀ ਚੇਪੀ ਲਾ ਗਿਆ ਯਾਰ ਚਾਰ ਜਣੇ ਹੁਣ ਆਪਣੇ ਕੋਲ ਵਧੀਆ ਪੈਸੇ ਬਣ ਗਏ ਮੈਂ ਤੈਨੂੰ ਬਾਹਰ ਲੈ ਕੇ ਜਾਊ ਬਾਹਰ ਕੈਨੇਡਾ ਅਮਰੀਕਾ ਕਮਾਊ ਪੱਟੇ ਜਾਣਗੇ ਸਾਧਾਂ ਦੇ ਚੇਲੇ ਨੀ ਜੱਟੀਏ ਤੂੰ ਹੋ ਗਈ ਸਾਧਣੀ ਦੇਖੀ ਤੂੰ ਬਾਬਾ ਜੀ ਉਹਦਾ ਉਹੀ ਮੁੰਡੇ ਨੇ ਲੈ ਬੱਚਾ ਹੁਣ ਤੂੰ ਗਾਇਬ ਹੈ ਠੀਕ ਹੈ ਬੋਲੀ ਨਾ ਵੈਸੇ ਤੂੰ ਤਾਂ ਬੈਠਾ ਰਹੀ ਇੱਥੇ ਠੀਕ ਹੈ ਹੁਣ ਤੂੰ ਗਾਇਬ ਹੈ ਬਾਬਾ ਜੀ ਤੁਸੀਂ ਤਾਂ ਮੈਨੂੰ ਦਿਖ ਰਹੇ ਹੋ ਗਾਇਬ ਕਿੱਥੋਂ ਹੋ ਗਿਆ ਮੈਂ ਤੇ ਜਰਾ ਦਿਖਦਾ ਰਿਹਾ ਤੂੰ ਚੁੱਪ ਰਹਿ ਵੈਸੇ ਬੈਠਾ ਰਹਿ ਪਤਾ ਨਹੀਂ ਸਦਾ ਨੂੰ ਬੋਲੀ ਜਾਊ ਚਲੋ ਵੀ ਉਹ ਬੈਠਾ ਮੁੰਡਿਆ ਸਾਧ ਚਲ ਆ ਜਾ ਆ ਟੀਮ ਨਾਲ ਚੱਕਣਾ ਬਾਈ ਬਾਬੇ ਮੈਂ ਕਿੱਥੇ ਗਏ ਬਾ ਬੱਚਾ